ਮੇਰੀ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਲੱਗੀ ਹੋਈ ਆ ਤੇ ਉਹਦੇ ਵਿੱਚ ਮੇਰਾ ਮੈਡੀਕਲ ਅਪਡੇਟ ਹੋ ਚੁੱਕਿਆ ਸੋ ਮੈਂ ਕਿੰਨੇ ਟਾਈਮ ਤੱਕ ਉਮੀਦ ਕਰ ਸਕਦਾ ਕਿ ਮੇਰੀ ਫਾਈਲ ਦਾ ਰਿਜ਼ਲਟ ਆਜੂ ਸੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਨਾਲ ਦੀ ਨਾਲ ਇਸ ਵੀਡੀਓ ਦੇ ਦੂਜੇ ਮੁੱਦੇ ਤੇ ਗੱਲ ਕਰਾਂਗੇ ਉਹ ਹੈਗਾ ਕੀ ਪੰਜਾਬ ਸਟੇਟ ਤੋਂ ਬਹੁਤ ਸਾਰੀਆਂ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਲੱਗਦੀਆਂ ਤੇ ਰਿਫਿਊਜ਼ ਹੁੰਦੀਆਂ ਸੋ ਕਿਹੜੀਆਂ ਗਲਤੀਆਂ ਕਰਦੇ ਆ ਪੰਜਾਬ ਸਟੇਟ ਤੋਂ ਜਿਹੜੇ ਐਪਲੀਕੈਂਟਸ ਆਪਦੀਆਂ ਫਾਈਲਾਂ ਲਾਉਂਦੇ ਸੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਨਾਲ ਦੀ ਨਾਲ ਇਸ ਵੀਡੀਓ ਦੇ ਤੀਜੇ ਮੁੱਦੇ ਤੇ ਗੱਲ ਕਰਾਂਗੇ ਉਹ ਹੈਗਾ ਕਿ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਦੇ ਰਿਜ਼ਲਟ ਆ ਰਹੇ ਆ ਜਾਂ ਨਹੀਂ ਆ ਰਹੇ ਜੇ ਆ ਰਹੇ ਆ ਤਾਂ ਕਿਹੜੇ ਮੰਥ ਦੇ ਆ ਰਹੇ ਆ ਜਾਂ ਕਿਹੜੇ ਈਅਰ ਦੇ ਆ ਰਹੇ ਆ 2020 ਦੇ ਆ ਰਹੇ ਆ ਜਾਂ 2021 ਦੇ ਆ ਰਹੇ ਆ ਸੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਠੀਕ ਠਾਕ ਹੋਵਗੇ ਜਿੱਥੇ ਵੀ ਹੋਵਗੇ ਰਾਜੀ ਖੁਸ਼ੀ ਹੋਵਗੇ ਜੇ ਇਹ ਵੀਡੀਓ ਤੁਸੀਂ ਮੇਰੇ ਚੈਨਲ ਤੇ ਪਹਿਲੀ ਾਰ ਦੇਖ ਰਹੇ ਹੋ ਵੀਡੀਓ ਚੰਗੀ ਲੱਗਦੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇੱਕ ਕੰਮ ਤੁਸੀਂ ਹੋਰ ਨਿੱਕਾ ਜਿਹਾ ਕਰਨਾ ਉਹ ਹੈਗਾ ਕਿ ਥੱਲੇ ਇੱਕ ਲਾਲ ਜਿਹਾ ਬਟਨ ਦਿੱਤਾ ਹੋਇਆ ਚ ਬਾੜਾ ਉਹਦੇ ਤੇ ਤੁਸੀਂ ਕਈ ਮਾਰਦੇ ਹੋ ਕੁਹਾੜੀ ਮਾਰਦੇ ਹੋ ਜਿਹੜਾ ਤੁਹਾਡਾ ਚਿਤ ਕਰਦੇ ਜਿਹੜੀ ਵੀ ਚੀਜ਼ ਉਹਦੇ ਤੇ ਮਾਰਨੀ ਆ ਬਸ ਮਾਰ ਕੇ ਉਹਨੂੰ ਨੱਪ ਦਿਓ ਤੇ ਜਿਹੜਾ ਤੁਹਾਡੇ ਤੱਕ ਮੇਰੀਆਂ ਹਰ ਇੱਕ ਵੀਡੀਓ ਪਹੁੰਚਦੀਆਂ ਰਹਿਣ ਤੇ ਹੁਣ ਆਪਾਂ ਵੀਡੀਓ ਕਰਦੇ ਆ ਸ਼ੁਰੂ ਹਾਂਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਲੱਗੀ ਹੋਈ ਆ ਤੇ ਮੈਡੀਕਲ ਅਪਡੇਟ ਹੋ ਚੁੱਕਿਆ ਸੋ ਮੈਡੀਕਲ ਅਪਡੇਟ ਹੋਣ ਤੋਂ ਬਾਅਦ ਅਸੀਂ ਕਿੰਨੇ ਟਾਈਮ ਬਾਅਦ ਆਪ ਦਾ ਰਿਜ਼ਲਟ ਮੰਨ ਸਕਦੇ ਹਾਂ ਕਿ ਇੰਨੇ ਕ ਟਾਈਮ ਦੇ ਵਿੱਚ ਰਿਜ਼ਲਟ ਆਜੂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਤਿੰਨ ਭਾਗਾਂ ਦੇ ਵਿੱਚ ਡਿਵਾਈਡ ਕਰਕੇ ਦੱਸ ਦੇਣਾ ਪਹਿਲੇ ਤਾਂ ਉਹ ਐਪਲੀਕੈਂਟ ਠੀਕ ਹੈ ਜਿਨ੍ਹਾਂ ਨੇ ਅਫਰੰਟ ਮੈਡੀਕਲ ਲਾਇਆ ਸੀ ਆ ਠੀਕ ਹੈ ਤੇ ਉਹਨਾਂ ਦੀ ਫਾਈਲ ਦੇ ਵਿੱਚ ਮੈਡੀਕਲ ਅਪਡੇਟ ਹੋ ਚੁੱਕਿਆ ਸੋ ਉਹਨਾਂ ਨੂੰ ਲਗਭਗ ਹਜੇ 2 ਤੋਂ 3 ਮਨთ ਤੱਕ ਵੇਟ ਕਰਨਾ ਪੈ ਸਕਦਾ ਕਿਉਂਕਿ ਹੁਣ ਫਾਈਲ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਜਾਂ ਫਾਈਲ ਰਿਵਿਊ ਦੇ ਵਿੱਚ ਜਾਊਗੀ ਦੂਜੇ ਇਹਦੇ ਵਿੱਚ ਆ ਜਾਂਦੇ ਆ ਜਿਨ੍ਹਾਂ ਨੇ ਆਪਦਾ ਅਫਰੰਟ ਮੈਡੀਕਲ ਲਾਇਆ ਸੀ ਆ ਤੇ ਉਹਨਾਂ ਦਾ ਮੈਡੀਕਲ ਐਕਸਪਾਇਰ ਹੋ ਗਿਆ ਤੇ ਹੁਣ ਜਦੋਂ ਉਹਨਾਂ ਨੇ ਦੂਰੀਵਰ ਆਪਦਾ ਮੈਡੀਕਲ ਕਰਵਾ ਕੇ ਵੈਫਾਰਮ ਦੇ ਰਾਹੀਂ भेजया ਤੇ ਉਹ اپਡੇਟ ਹੋ ਗਿਆ ਸੋ ਸੇਮ ਦੋ ਤੋਂ ਤਿੰਨ ਮੰਥ ਲੱਗ ਸਕਦੇ ਆ ਕਿਉਂਕਿ ਬੈਕਗਰਾਉਂਡ ਤੇ ਫਾਈਲ ਜਾਣੀ ਆ ਟਾਈਮ ਜ਼ਿਆਦਾ ਉੱਥੇ ਲੱਗਦਾ ਤੀਜੀ ਉਹ ਆ ਜਾਂਦੇ ਆ ਜਿਨ੍ਹਾਂ ਨੂੰ ਮੈਡੀਕਲ ਰਿਕਵੈਸਟ ਆਈ ਸੀ ਵੀਜ਼ਾ ਆਫੀਸਰ ਵੱਲੋਂ ਤੇ ਉਹਨਾਂ ਨੇ ਮੈਡੀਕਲ ਕਰਵਾ ਕੇ ਭੇਜਿਆ ਤੇ ਮੈਡੀਕਲ ਅਪਡੇਟ ਹੋਇਆ ਲਗਭਗ ਉਹ ਮੰਨ ਸਕਦੇ ਆ ਕਿ 15 ਤੋਂ 20 ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਰਿਜ਼ਲਟ ਆ ਸਕਦਾ 네ਗੇਟਿਵ ਜਾਂ ਪੋਜ਼ਿਟਿਵ ਇਹ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੂੰ ਵੀਜ਼ਾ ਆਫੀਸਰ ਵੱਲੋਂ ਮੈਡੀਕਲ ਰਿਕਵੈਸਟ ਆਈ ਸੀ ਉਹਨਾਂ ਦਾ 15 ਤੋਂ 20 ਜਾਂ 40 ਦਿਨਾਂ ਦੇ ਵਿੱਚ ਜੇ ਆਪਾਂ ਮੰਨ ਸਕਦੇ ਹਾਂ 15 ਤੋਂ 20 ਵੀ ਲੱਗ ਸਕਦੇ ਐ 40 ਵੀ ਲੱਗ ਸਕਦੇ ਐ ਕਿਉਂਕਿ ਕੋਵਿਡ ਕਰਕੇ ਜਿਹੜਾ ਮੈਡੀਕਲ ਦਾ ਬੈਕਲੌਗ ਆ ਉਹ ਕਲੀਅਰ ਕਰ ਰਹੀ ਆ ਆਰਸੀਸੀ ਰਾਈਟ ਨਾਉ ਸੋ ਇਸ ਕਰਕੇ ਆਪਾਂ ਮੰਨ ਸਕਦੇ ਹਾਂ ਕਿ ਟਾਈਮ ਲੱਗੂਗਾ ਹੁਣ ਜੇ ਤੁਹਾਡੀ ਫਾਈਲ ਦੇ ਨਾਲ ਤੁਸੀਂ ਖੁਦ ਆਪ ਦਾ ਮੈਡੀਕਲ ਅਫਰੰਟ ਕਰਵਾ ਕੇ ਲਾਇਆ ਸੀ ਤਾਂ ਉਹ ਅਪਡੇਟ ਹੋ ਗਿਆ ਤੇ ਉਹਦੇ ਵਿੱਚ ਆਪਾਂ ਰਿਜ਼ਲਟ ਦੋ ਤੋਂ ਤਿੰਨ ਮੰਥ ਦਾ ਹੀ ਮੰਨਾਂਗੇ ਕਿਉਂਕਿ ਰਾਈਟ ਨਾਉ ਜਿਹੜਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਬਹੁਤ ਜਿਆਦਾ ਸਲੋਲੀ ਸਲੋਲੀ ਪ੍ਰੋਸੈਸ ਹੋ ਰਿਹਾ ਬਟ ਫਾਈਲਾਂ ਦਾ ਜਿਹੜਾ ਪ੍ਰੋਸੈਸ ਆ ਸ਼ੁਰੂ ਹੋ ਚੁੱਕਿਆ ਆਲਮੋਸਟ ਰਿਜ਼ਲਟ ਆ ਰਿਹਾ ਦੋ ਤੋਂ ਤਿੰਨ ਮੰਥ ਮੈਂ ਇਸ ਕਰਕੇ ਕਹਿਣਾ ਕਿ ਇਹ ਅਪਰੋਕਸੀਮਮ ਟਾਈਮ ਆ ਜਿਹੜੇ ਟਾਈਮ ਫਰੇਮ ਦੇ ਵਿੱਚ ਤੁਹਾਡੀ ਫਾਈਲ ਦੇ ਉੱਤੇ ਰਿਜ਼ਲਟ ਆ ਸਕਦਾ ਮੈਂ ਦੇਖਿਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਮੈਡੀਕਲ ਅਪਡੇਟ ਹੋਣ ਤੋਂ ਬਾਅਦ ਰਿਜ਼ਲਟ ਆਇਆ 네ਗੇਟਿਵ ਜਾਂ ਪੋਜ਼ਿਟਿਵ ਠੀਕ ਹੈ ਜੀ ਹੁਣ ਗੱਲ ਆ ਜਾਂਦੀ ਹੈ ਕਿ ਬਹੁਤ ਸਾਰੇ ਐਪਲੀਕੈਂਟ ਇਹ ਕਹਿੰਦੇ ਕਿ ਭਾਜੀ ਮੈਡੀਕਲ ਅਪਡੇਟ ਹੋ ਗਿਆ ਸਾਡੀ ਫਾਈਲ ਦੇ ਵਿੱਚ ਠੀਕ ਹੈ ਜਿਨ੍ਹਾਂ ਨੇ ਅਫਰੰਟ ਲਾਇਆ ਸੀ ਜਾਂ ਐਕਸਪਾਇਰ ਹੋਣ ਤੋਂ ਦੂਰੀ ਆਰ ਭੇਜਿਆ ਸੀ ਵੈਬ ਫਾਰਮ ਦੇ ਨਾਲ ਉਹਨਾਂ ਨੂੰ ਸਟਿਲ ਵੇਟ ਕਰਨੀ ਚਾਹੀਦੀ ਆ ਜਿਨ੍ਹਾਂ ਨੂੰ ਮੈਡੀਕਲ ਰਿਕਵੈਸਟ ਆਈ ਉਹਨਾਂ ਦੇ 15 ਤੋਂ 20 ਦਿਨ ਵੀ ਲੱਗ ਸਕਦੇ ਆ ਹੱਦ 40 ਦਿਨ ਦੇ ਵਿੱਚ ਉਹਨਾਂ ਦਾ ਵੀਜ਼ਾ ਜਾਂ ਉਹਨਾਂ ਨੂੰ ਅਪਰੂਵਲ ਜਾਂ ਰਿਫਿਊਜ਼ਲ ਆ ਸਕਦੀ ਆ ਸੋ ਇਹ ਹੀ ਹੈਗਾ ਟਾਈਮ ਫਰੇਮ ਸੋ ਸਮਝਣਾ ਪੈਣਾ ਤੁਹਾਨੂੰ ਕਿ ਜੇ ਤੁਹਾਡੀ ਫਾਈਲ ਦੇ ਵਿੱਚ ਪਹਿਲਾਂ ਤੁਸੀਂ ਲਾਇਆ ਸੀ ਆ ਠੀਕ ਹੈ ਫਿਰ ਸਟਿਲ ਵੇਟ ਕਰ ਲਓ ਜੇ ਤੁਹਾਨੂੰ ਮੈਡੀਕਲ ਰਿਕੁਐਸਟ ਆਈ ਆ ਤਾਂ ਹੋ ਸਕਦਾ ਕਿ ਤੁਹਾਨੂੰ ਜਲਦੀ ਰਿਜ਼ਲਟ ਮਿਲ ਜਾਈ ਸੋ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਮੈਡੀਕਲ ਅਪਡੇਟ ਹੋਣ ਤੋਂ ਬਾਅਦ ਕਿੰਨੇ ਟਾਈਮ ਦੇ ਵਿੱਚ ਸਾਨੂੰ ਰਿਜ਼ਲਟ ਮਿਲ ਸਕਦਾ ਸੋ ਹੁਣ ਆਪਾਂ ਇਸ ਵੀਡੀਓ ਤੇ ਦੂਜੇ ਮੁੱਦੇ ਤੇ ਗੱਲ ਕਰਦੇ ਆ ਜਿਹਦੇ ਤੇ ਗੱਲ ਕਰਨੀ ਸੁਭਾਵਿਕ ਬਣਦੀ ਆ ਕਿਉਂਕਿ ਬਹੁਤ ਸਾਰੀਆਂ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਆ ਉਹ ਪੰਜਾਬ ਸਟੇਟ ਤੋਂ ਲੱਗਦੀਆਂ ਤੇ ਬਹੁਤ ਸਾਰੀਆਂ ਰਿਫਿਊਜ਼ ਵੀ ਹੁੰਦੀਆਂ ਬਹੁਤ ਇਨੋਸੈਂਟ ਜਿਹੜੇ ਐਪਲੀਕੈਂਟਸ ਹੁੰਦੇ ਆ ਉਹ ਮਾਰੇ ਜਾਂਦੇ ਆ ਜਾਨੀ ਕਿ ਗਰੀਬ ਮਾਰ ਹੋ ਜਾਂਦੀ ਆ ਕਿਹਨ ਦਾ ਭਾਵ ਹੈ ਕਿ ਉਹਨਾਂ ਦੀਆਂ ਚੰਗੀਆਂ ਭਲੀਆਂ ਫਾਈਲਾਂ ਦੇ ਉੱਤੇ ਵੀ ਉਹਨਾਂ ਨੂੰ ਰਿਫਿਊਜ਼ਲ ਮਿਲ ਜਾਂਦੀ ਆ ਸੋ ਪਹਿਲਾਂ ਤਾਂ ਮੈਂ ਤਿੰਨ ਰੀਜ਼ਨ ਕਲੀਅਰ ਕਰਦੇ ਆ ਜਿਨ੍ਹਾਂ ਦੇ ਕਰਕੇ ਸਭ ਤੋਂ ਜ਼ਿਆਦਾ ਪੰਜਾਬ ਸਟੇਟ ਵਾਲੇ ਜਿਹੜੇ ਐਪਲੀਕੈਂਟ ਆ ਉਹਨਾਂ ਦੀਆਂ ਰਿਫਿਊਜ਼ਲਸ ਆਉਂਦੀਆਂ ਪਹਿਲਾਂ ਤਾਂ ਬੋਨਫਾਇਡ ਰਿਲੇਸ਼ਨਸ਼ਿਪ ਕਰਕੇ ਦੂਜਾ ਫੰਡ ਕਰਕੇ ਤੀਜਾ ਆ ਜਾਂਦਾ ਕਿ ਤੁਸੀਂ ਵਾਪਸ ਨਹੀਂ ਆਉਣਾ ਸੋ ਇਹ ਤਿੰਨ ਮੇਨ ਰੀਜ਼ਨ ਆ ਸੋ ਤਿੰਨਾਂ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਸਾਡੇ ਪੰਜਾਬ ਦੇ ਵਿੱਚ ਕੁਝ ਲੋਕਾਂ ਨੇ ਇਹ ਚੀਜ਼ ਬਣਾ ਛੱਡੀ ਆ ਕਿ ਨਵੇਂ ਫੰਡ ਤੇ ਤੁਸੀਂ ਲਾਓ ਕੋਈ ਉਹਦਾ ਸੋਰਸ ਨਹੀਂ ਦਿਖਾਉਣਾ ਕੁਝ ਨਹੀਂ ਆਉਣਾ ਫੰਡ ਕਰਕੇ ਰਿਫਿਊਜ਼ ਲ ਆ ਜਾਂਦੀ ਆ ਦੂਜੀ ਕਮੀ ਆ ਇਹ ਹੈ ਕਿ ਪਹਿਲਾਂ ਕੁੜੀ ਆਇਲਟਸ ਕਰੂਗੀ ਫਿਰ ਉਹਦਾ ਵੀਜ਼ਾ ਲੱਗੂਗਾ ਫਿਰ ਆਪਾਂ ਵਿਆਹ ਕਰਾਵਾਂਗੇ ਜਿਹਦੇ ਕਰਕੇ ਬਹੁਤ ਸਾਰੇ ਬੋਨਫਾਈਡਰ ਰਿਲੇਸ਼ਨਸ਼ਿਪ ਨਹੀਂ ਹੁੰਦੇ ਰਿਫਿਊਜ਼ ਹੁੰਦੇ ਆ ਤੀਜਾ ਆ ਜਾਂਦਾ ਕਿ ਅਸੀਂ ਵਾਪਸ ਨਹੀਂ ਜਾਣਾ ਉਹ ਹੁੰਦੀ ਆ ਕਿ ਅਨ ਇੰਪਲੋਇਮੈਂਟ ਅਸੀਂ ਬੀਏ ਐਮਏ ਕਰਕੇ ਘਰੇ RAM nal ਵਿਹਲੇ ਬੈਠੇ ਕੰਮ ਨਹੀਂ ਕਰਕੇ ਰਾਜੀ ਸੋ ਇਹ ਵੀ ਬਹੁਤ ਵੱਡਾ ਰੀਜ਼ਨ ਆ ਕਿ ਵੀਜ਼ਾ ਆਫੀਸਰ ਨੂੰ ਇਹ ਲੱਗੇ ਕਿ ਇਹ ਬੰਦਾ ਵਾਪਸ ਤਾਂ ਜਾਊਗਾ ਚਲ ਇੰਡੀਆ ਦੇ ਵਿੱਚ ਦੇ ਕੋਲੇ ਕੰਮਕਾਰ ਹੈਗਾ ਸੋ ਇਹ ਬਹੁਤ ਤਿੰਨ ਵੱਡੇ ਕਾਰਨ ਆ ਗਲਤੀਆਂ ਕਿਸੇ ਦੀਆਂ ਨਹੀਂ ਮੈਂ ਲਾਸਟ ਕੁਛ ਦਿਨਾਂ ਦੇ ਵਿੱਚ ਮੈਂ ਪਹਿਲਾਂ ਕਹਿੰਦਾ ਸੀ ਆ ਕਿ ਜਿਹੜੇ ਐਪਲੀਕੈਂਟ ਆ ਬਹੁਤ ਇਨੋਸੈਂਟ ਆ ਬਟ ਮੈਂ ਹੁਣ ਇੱਕ ਚੀਜ਼ ਦੇਖੀ ਹੈ ਕਿ ਐਪਲੀਕੈਂਟ ਕਹਿੰਦੇ ਜਿੱਦਾਂ ਦੀ ਫਾਈਲ ਹੈਗੀ ਤੁਸੀਂ ਲਾ ਦਿਓ ਬਸ ਅਸੀਂ ਵੇਟ ਨਹੀਂ ਕਰਨਾ ਜਿਹਦੇ ਕਰਕੇ ਨਤੀਜਾ ਰਿਫਿਊਜ਼ਲ ਦਾ ਨਿਕਲਦਾ ਤੇ ਮੂੰਹ ਢਿੱਲਾ ਜਾ ਕਰ ਲੈਂਦੇ ਆ ਗਲਤੀਆਂ ਤੁਸੀਂ ਆਪ ਕਰਦੇ ਹੋ ਤੁਹਾਨੂੰ ਤਿੰਨ ਤੋਂ 6 ਮਹੀਨਿਆਂ ਦੀ ਜੇ ਗੱਲ ਕਹੀ ਦੀ ਤਾਂ ਤੁਸੀਂ ਗੁੱਸਾ ਬਾਹ ਕਰਦੇ ਹੋ ਭਾਈ ਜੀ ਸਾਡਾ ਏਜੰਟ ਦਾ ਕਹਿੰਦਾ ਕਿ ਨਵੇਂ ਲਿਆ ਫੰਡਾਂ ਤੇ ਹੀ ਅਸੀਂ ਫਾਈਲ ਲਾ ਦਿਆਂਗੇ ਸਾਡੇ ਅਪਰੂਵਡ ਹੋਏ ਕਿਸੇ ਦੀ ਫਾਈਲ ਤੁਸੀਂ ਦੇਖੀ ਆ ਜਾਂ ਤੁਹਾਨੂੰ ਦਿਖਾਈ ਹੈ ਕਿ ਫਲਾਣੇ ਬੰਦੇ ਦੇ 10 ਦਿਨ ਪਹਿਲਾਂ ਫੰਡ ਆਏ ਸੀ ਸੋ ਇਹੋ ਜਿਹੇ ਜਿੰਨਾ ਚਿਰ ਅਸੀਂ ਮੂਰਖਤਾ ਕਰਦੇ ਰਵਾਂਗੇ ਨਾ ਤਾਂ ਅਸੀਂ ਆਪਣਾ ਫਿਊਚਰ ਖਰਾਬ ਕਰਦੇ ਹਾਂ ਕਿਸੇ ਦਾ ਕੁਝ ਨਹੀਂ ਜਾਣਾ ਠੀਕ ਹੈ ਦੂਜੀ ਗੱਲ ਅਸੀਂ ਐਜੂਕੇਟਿਡ ਹੋ ਕੇ ਵੀ ਅਨਐਜੂਕੇਟਿਡ ਹਾਂ ਕਿਉਂਕਿ ਬਹੁਤ ਸਾਰੇ ਜਿਹੜੇ ਯੂਟਿਊਬਰ ਤੁਹਾਨੂੰ ਦੱਸਦੇ ਆ ਕਿ ਇਦਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਫਿਰ ਤੁਸੀਂ ਉਹਨਾਂ ਦੀਆਂ ਚਿਕੜੀਆਂ ਚੁਪੜੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਠੀਕ ਹੈ ਜੀ ਪਰ ਸਾਡੇ ਬੰਦਿਆਂ ਨੂੰ ਸਭ ਤੋਂ ਪਹਿਲੀ ਗੱਲ ਦੱਸਾਂ ਕੀ ਆ ਕਿ ਸਾਡਾ ਕੰਮ ਫਰੀਜ਼ 'ਚ ਹੋਣਾ ਚਾਹੀਦਾ ਫਿਰ ਫਰੀਜ਼ ਦੇ ਵਿੱਚ ਤਾਂ ਥੋਕ ਵਾਲੀ ਗੱਲ ਆ ਥੋਕ ਦਾ ਮਾਲ ਲੈ ਲੈਣੇ ਤੁਸੀਂ ਉਹਦੇ ਵਿੱਚ ਕਈ ਪੀਸ ਮਾੜੇ ਵੀ ਆ ਜਾਂਦੇ ਆ ਸੋ ਉਹਨਾਂ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਜਦੋਂ ਤੁਸੀਂ ਥੋਕ ਵਾਲੇ ਬੰਦੇ ਕੋਲੇ ਜਾਂਦੇ ਹੋ ਠੀਕ ਹੈ ਜੇ ਹਜ਼ਾਰ ਬੰਦੇ ਦੀ ਐਪਲੀਕੇਸ਼ਨ ਇੱਕ ਬੰਦੇ ਕੋਲੇ ਪ੍ਰੋਸੈਸ ਹੋ ਰਹੀ ਹੈ ਇੱਕ ਮਹੀਨੇ ਦੇ ਵਿੱਚ ਤਾਂ ਤੁਸੀਂ ਹਿਸਾਬ ਲਾ ਲਓ ਕਿ ਹਜ਼ਾਰ ਬੰਦੇ ਦੇ ਉੱਤੇ ਕਿੰਦਾਂ ਦਾ ਕੰਮ ਹੋਊਗਾ ਸੋ ਇਹ ਬਹੁਤ ਜਿਆਦੀਆਂ ਜਿਹੜੀਆਂ ਗੱਲਾਂ ਸਾਨੂੰ ਖੁਦ ਧਿਆਨ ਦੇਣੀਆਂ ਪੈਂਦੀਆਂ ਠੀਕ ਹੈ ਤੇ ਖੁਦ ਜੇ ਤੁਸੀਂ ਧਿਆਨ ਦਿਓਗੇ ਕਾਲੀਆਂ ਕਰੋਗੇ ਤੇ ਕਾਲੀ ਅਗੇ ਟੋਏ ਆ ਸੋ ਤੁਹਾਡੇ ਤੇ ਡਿਪੈਂਡ ਆ ਤੁਸੀਂ ਕੀ ਕਰਨਾ ਚਾਹੁੰਦੇ ਆ ਕਿ ਨਹੀਂ ਕਰਨਾ ਚਾਹੁੰਦੇ ਇਹ ਸਾਡੀਆਂ ਕਮੀਆਂ ਇਸ ਕਰਕੇ ਪੰਜਾਬ ਸਟੇਟ ਵਾਲੇ ਜਿਹੜੇ ਐਪਲੀਕੇ ਸਾਸਪਾਉਸ ਓਪਨ ਵਰਕ ਪਰਮਿਟ ਵਾਲੇ ਉਹ ਰਿਫਿਊਜ਼ਲ ਦਾ ਸ਼ਿਕਾਰ ਹੁੰਦੇ ਆ ਗਲਤੀ ਕਿਸੇ ਦੀ ਨਹੀਂ ਠੀਕ ਹੈ ਕੁਝ ਫਰਾਡ ਜਿਆਦਾ ਹੋ ਰਿਹਾ ਠੀਕ ਹੈ ਫਰਾਡ ਦਾ ਕਰਕੇ ਜਿਹੜੇ ਜੈਨੂਇਨ ਐਪਲੀਕੈਂਟ ਆ ਉਹਨਾਂ ਨੂੰ ਪ੍ਰੋਬਲਮ ਜਿਆਦਾ ਆ ਰਹੀ ਆ ਠੀਕ ਹੈ ਜੀ ਇਹ ਹੈ ਸੋ ਇਹ ਕਾਰਨ ਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਬਚਣਾ ਚਾਹੀਦਾ ਉਹ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਫੰਡ 3 ਤੋਂ 6 ਮਹੀਨੇ ਪੁਰਾਣੇ ਹੋਣੇ ਚਾਹੀਦੇ ਆਲਵੇਜ਼ ਅਥਾਰਾਈਜ਼ ਕੰਸਲਟੈਂਟ ਕੋਲੇ ਜਾ ਕੇ ਆਈਸੀਸੀਆਰਸੀ ਮੈਂਬਰ ਜਾਂ ਇਮੀਗ੍ਰੇਸ਼ਨ ਲਾਇਰ ਉਹਦੇ ਕੋਲ ਅਸੀਂ ਆਪਦੀ ਫਾਈਲ ਪ੍ਰੋਸੈਸ ਕਰਵਾਇਆ ਕਰੋ ਜਿਹੜਾ ਤੁਹਾਡੇ ਨਾਲ ਫਰਾਉਡ ਨਾ ਹੋ ਸਕੇ ਉਹ ਤੁਹਾਨੂੰ ਦੱਸ ਸਕੇ ਵੀ ਆਹ ਚੀਜ਼ਾਂ ਲੱਗੀਆਂ ਆਹ ਚੀਜ਼ਾਂ ਨਹੀਂ ਲੱਗੀਆਂ ਸੋ ਹੁਣ ਆਪਾਂ ਇਸ ਵੀਡੀਓ ਦੇ ਤੀਜੇ ਮੁੱਦੇ ਤੇ ਗੱਲ ਕਰਦੇ ਹਾਂ ਉਹ ਹੈਗਾ ਕਿ ਰਿਜ਼ਲਟ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਦੇ ਰਿਜ਼ਲਟ ਬਹੁਤ سارے ਵੀਰ ਇਸ ਕਰਕੇ ਡੀਮੋਟੀਵੇਟ ਹੋ ਕੇ ਬੈਠੇ ਆ ਕਿ ਰਿਜ਼ਲਟ ਆ ਨਹੀਂ ਰਹੇ ਜਾਂ ਆ ਨਹੀਂ ਰਹੇ ਕਿਉਂ ਨਹੀਂ ਆ ਰਹੇ ਇੱਕ ਮਹੀਨੇ ਦੇ ਬਹੁਤ ਸਾਰੇ ਭਰਾ ਇਹ ਗੱਲ ਕਹਿੰਦੇ ਆ ਕਿ ਮੇਰੀ ਅਕਤੂਬਰ ਦੀ ਵਿਆਜ ਲੱਗੀ ਸੀ ਮੇਰਾ ਰਿਜ਼ਲਟ ਨਹੀਂ ਆ ਰਿਹਾ ਕਿਸੇ ਬੰਦੇ ਨੇ ਨਹੀਂ ਅਕਤੂਬਰ ਦਾ ਦੱਸਿਆ ਨਵੰਬਰ ਦਾ ਨਹੀਂ ਦੱਸਿਆ ਰਿਜ਼ਲਟ 2020 ਦੇ ਵੀ ਉਹਨੇ ਆ ਰਹੇ ਆ 2021 ਦੇ ਵੀ ਆ ਰਹੇ ਜੇ ਤੁਸੀਂ ਇਹ ਸੋਚਦੇ ਹੋ ਕਿ 2021 ਦੇ ਜ਼ਿਆਦਾ ਰਿਜ਼ਲਟ ਆ ਰਹੇ ਆ ਬਟ 2021 ਵਾਲਿਆਂ ਦਾ ਪ੍ਰੋਸੈਸ ਜਿਹੜਾ ਉਹ ਥੋੜਾ ਜਿਹਾ ਫਾਸਟ ਆ 2020 ਵਾਲਿਆਂ ਨਾਲੋਂ ਸੋ so, 2020 ਦੇ ਵੀ ਕਾਫੀ ਜ਼ਿਆਦਾ ਵੀਜ਼ਾ ਅਪਰੂਵਡ ਹੋਏ ਆ 2021 ਦੇ ਵੀ ਹੋਏ ਆ ਜੇ ਆਪਾਂ ਦੇਖਦੇ ਆ ਤਾਂ ਖਾਸ ਤੌਰ ਤੇ ਜਿਹੜੇ 2020 ਵਾਲੇ ਐਪਲੀਕੈਂਟਸ ਆ ਉਹਨਾਂ ਦੀਆਂ ਰਿਫਿਊਜ਼ਲਸ ਜਿਆਦਾ ਇਸ ਕਰਕੇ ਆਈਆਂ ਕਿਉਂਕਿ ਉਹਨਾਂ ਦੀਆਂ ਫਾਈਲਾਂ ਉਦੋਂ ਲੱਗੀਆਂ ਸੀ ਜਦੋਂ ਉਹਨਾਂ ਦੀ ਘਰ ਵਾਲੀ ਜਾਂ ਘਰ ਵਾਲਾ ਕੈਨੇਡਾ ਦੇ ਵਿੱਚ ਫੁੱਲ ਟਾਈਮ ਸਟੂਡੈਂਟ ਸੀਗਾ ਬਟ ਹੁਣ ਉਹਨਾਂ ਕੋਲੇ ਜੌਬ ਨਹੀਂ ਇਸ ਕਰਕੇ ਵਿਦਆਊਟ ਨੌਕ AOB ਲੈਵਲ ਦੀ ਜੌਬ ਨਾ ਹੋਣ ਕਰਕੇ ਬਹੁਤ ਸਾਰੇ ਐਪਲੀਕੈਂਟਸ ਦੀਆਂ ਫਾਈਲਾਂ ਰਿਫਿਊਜ਼ ਹੋ ਰਹੀਆਂ ਅਗਰ ਤੁਹਾਡੀ ਵੀ ਵਾਈਫ ਦੀ ਸਟੱਡੀ ਕੰਪਲੀਟ ਹੋ ਚੁੱਕੀ ਆ ਤਾਂ ਜਲਦੀ ਤੋਂ ਜਲਦੀ ਨੌਕ AOB ਲੈਵਲ ਦੀ ਜੌਬ ਲੈ ਕੇ ਠੀਕ ਆ ਤਿੰਨ ਪੇਪਰ ਸਟੱਪ ਲੈ ਕੇ employment letter ਲੈ ਕੇ ਤੁਸੀਂ ਵਿਦ ਵਰਕ ਪਰਮਿਟ ਤੁਸੀਂ ਅਪਡੇਟ ਕਰ ਸਕਦੇ ਹੋ ਰਿਫਿਊਜ਼ਲ ਤੋਂ ਬਾਅਦ ਸਕਦੇ ਹੋ ਜੇ ਹੋਰ ਰੀਜ਼ਨ ਹੋ ਸਕਦਾ ਤਾਂ ਉਹ ਅਲੱਗ ਗੱਲਾਂ ਬਟ ਤੁਸੀਂ ਜਿਹੜੀ ਤੁਹਾਡੀ ਰਿਕੁਆਇਰਮੈਂਟ ਆ ਠੀਕ ਆ ਉਹਨੂੰ ਤੁਸੀਂ ਮੀਟ ਕਰਦੇ ਹੋ ਕਿਉਂਕਿ ਦੋ ਸਿਨੈਰੀਓ ਹੁੰਦੇ ਸੀ 41 ਤੇ ਸੀ 42 ਸੀ 42 ਚ ਆ ਜਾਂਦਾ ਕਿ ਤੁਹਾਡੀ ਵਾਈਫ ਫੁੱਲ ਟਾਈਮ ਸਟੂਡੈਂਟ ਹੋਣੀ ਚਾਹੀਦੀ ਸੀ 41 ਦੇ ਵਿੱਚ ਪੋਸਟ ਗ੍ਰੈਜੂਏਸ਼ਨ ਵਿਦ ਵਰਕ ਪਰਮਿਟ ਪੋਸਟ ਸਪੀਸੀਫਿਕੇਸ਼ਨ ਵਰਕ ਪਰਮਿਟ ਦੇ ਨਾਲ ਤਿੰਨ ਪੇਪਰ ਸਟੱਪ ਹੋਣੇ ਚਾਹੀਦੇ ਨੌਕ A O B ਲੈਵਲ ਦੀ ਹੁਣ ਤਾਂ ਟਾਇਰ ਕੋਡ ਆ ਗਿਆ ਸੋ ਉਹਦੇ ਹਿਸਾਬ ਨਾਲ ਉਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜੋ ਕਿ ਤੁਸੀਂ ਰਿਕੁਆਇਰਮੈਂਟ ਨੂੰ ਨਹੀਂ ਮੀਟ ਕਰਦੇ ਤੁਹਾਡੀ ਉਦਾਂ ਹੀ ਫਾਈਲ ਡਿਸਕਵਾਲਿਫਾਈ ਹੋ ਜਾਂਦੀ ਹੈ ਤੇ ਰਿਫਿਊਜ਼ ਕਰ ਦਿੱਤੀ ਜਾਂਦੀ ਆ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਰਿਜ਼ਲਟਸ ਦੀ ਮਾਰਚ ਦੇ ਵੀ ਰਿਜ਼ਲਟ ਆਏ 2020 ਦੇ ਅਗਸਤ ਦੇ ਵੀ ਆਏ ਆ ਜਨਵਰੀ ਫਰਵਰੀ ਵਾਲਿਆਂ ਦੇ ਵੀ ਰਿਜ਼ਲਟ ਆਏ ਆ ਚਾਹੇ ਅਪਰੂਵਲ ਆਇਆ ਜਾਂ ਰਿਫਿਊਜ਼ਲ ਆਇਆ ਬਟ ਰਿਜ਼ਲਟ ਆਇਆ ਬਟ ਮੈਂ ਇੱਕ ਚੀਜ਼ ਇੱਕ ਗੱਲ ਦੇਖ ਕੀ ਪੋਜ਼ਿਟਿਵ ਸਿਨੈਰੀਓ ਜ਼ਿਆਦਾ ਪੋਜ਼ਿਟਿਵ ਰਿਜ਼ਲਟ ਬਹੁਤ ਜ਼ਿਆਦਾ ਆਏ ਠੀਕ ਹੈ ਬਹੁਤ ਸਾਰੀਆਂ ਵੀਕ ਪ੍ਰੋਫਾਈਲਾਂ ਵੀ ਸੀਆਂ ਉਹਨਾਂ ਦੇ ਰਿਜ਼ਲਟ ਵੀ ਪੋਜ਼ਿਟਿਵ ਆਏ ਜੋ ਕਿ ਵਧੀਆ ਗੱਲ ਆ ਤੇ ਬਾਕੀ ਜੇ ਤੁਸੀਂ ਨਵੀਂ ਫਾਈਲ ਲਾਉਣੀ ਤਾਂ ਆਲਵੇਜ਼ ਆਈਸੀਸੀਆਰਸੀ ਮੈਂਬਰ ਜਾਂ ਇਮੀਗ੍ਰੇਸ਼ਨ ਲਾਇਰ ਤੋਂ ਲਾਓ ਕਿਉਂਕਿ 2020 2021 ਦੇ ਸਤੰਬਰ 27 ਤੱਕ ਬਹੁਤ ਜਿਹੜੀਆਂ ਦੱਬੀ ਆਉਂਦੇ ਸੀ ਕੰਮ ਨੂੰ ਵੀ ਆ ਵੀ ਲਾ ਦਿਓ ਉਹ ਵੀ ਲਾ ਦਿਓ ਬਟ ਹੁਣ 2000 21 27 ਸਤੰਬਰ ਤੋਂ ਬਾਅਦ ਕਾਫੀ ਜ਼ਿਆਦਾ ਵੀਜ਼ਾ ਆਫੀਸਰ ਸਟ੍ਰਿਕਟ ਹੋ ਚੁੱਕੇ ਆ ਰਿਕੁਆਇਰਮੈਂਟਸ ਜ਼ਿਆਦੀਆਂ ਹੋ ਗਈਆਂ ਸੋ ਇਸ ਕਰਕੇ ਕੇਅਰਫੁਲ ਹੋ ਕੇ ਆਪਦੀ ਅਪਲੀਕੇਸ਼ਨ ਪ੍ਰੋਸੀਡ ਕਰੋ ਬਾਕੀ ਜੇ ਇਹ ਵੀਡੀਓ ਚੰਗੀ ਲੱਗੀ ਆ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ